ਕੋਈ ਗੱਲ ਨਹੀਂ ਜਿੱਦਾਂ ਹਰੇਕ ਦਾ ਆਪਣਾ ਆਪਣਾ ਤਰੀਕਾ ਹੈ ਇਦਾਂ ਉਹ ਕੋਈ ਗੱਲ ਨਹੀਂ ਹੈ ਜਿੱਦਾਂ ਬੰਦਾ ਕਹਿਣਾ ਚਾਹੁੰਦਾ ਬਹੁਤ ਵਾਰੀ ਬੰਦੇ ਫੋਨ ਕਰਦੇ ਆ ਪਹਿਲੀ ਪਹਿਲੀ ਵਾਰੀ ਫੋਨ ਜਿਹੜਾ ਹੈਗਾ ਉਹ ਕੀਤਾ ਹੁੰਦਾ ਉਹਨਾਂ ਨੇ ਤੇ ਉਹਦੇ ਨਾਲ ਨਹੀਂ ਵੀ ਪਤਾ ਹੁੰਦਾਗਾ ਇਸ ਚੀਜ਼ ਦਾ ਹਜੇ ਸਾਡੇ ਵਿੱਚ ਜਦੋਂ ਸਾਡੀ ਕਾਮਨਾ ਜਦੋਂ ਵਿਕਾਸ ਕਰ ਗਈ ਇਦਾਂ ਫਿਰ ਅਸੀਂ ਇਹ ਕਹਾਂਗੇ ਵੀ ਨਹੀਂ ਭਾਈ ਆਈ ਨਹੀਂ ਇਦਾਂ ਕਰੀ ਦੀ ਗੱਲ ਇਦਾਂ ਕਰੀ ਹਜੇ ਬਹੁਤ ਟਾਈਮ ਪਿਆ ਹਜੇ ਉਸ ਗੱਲ ਦੇ ਲਈ ਹਜੇ ਉਸ ਗੱਲ ਨੂੰ ਅਸੀਂ ਨਹੀਂ ਛੇਤੀ ਜਿਹੜਾ ਡਿਸਕਸ ਨਹੀਂ ਕਰ ਸਕਦੇ ਜਿਹੜੀ ਨਾ ਆਪਾਂ ਗੱਲ ਕਰਤੇ ਸੀਗੇ ਹਾਂਜੀ ਜਿਹੜੀ ਸ਼ੁਰੂ ਕੀਤੀ ਸੀ ਆਪਾਂ ਵਿੱਚ ਕੋਲਰ ਆ ਗਏ ਸੀ ਇੱਕ ਆਪਾਂ ਲੋਕ ਕੱਟਤੀ ਸੀ ਇਦਾਂ ਵੀ ਜਿਹੜੀਆਂ ਮਨੋਤਾ ਸਾਡੀਆਂ ਇਦਾਂ ਅਸੀਂ ਗੁਰੂ ਦੇ ਨਾਂ ਦੇ ਉੱਤੇ ਪ੍ਰਚਾਰਦੇ ਹਾਂ ਜਦੋਂ ਉਹਨੂੰ ਉਹਦਾ ਕਾਰਨ ਇਹ ਵੀ ਸਾਨੂੰ ਪਤਾ ਵੀ ਸਾਡੀ ਏਕਾਤ ਕੋਈ ਨਹੀਂਗੀ ਸਾਡੀ ਹੈਸਿਆਤ ਕੋਈ ਨਹੀਂਗੀ ਕੋਈ ਢੀ ਵੀ ਸੰਸਥਾ ਆਪਣੇ ਆਪ ਦੇ ਵਿੱਚ ਕਿਉਂ ਨਾ ਹੋਵੇ ਇਦਾਂ ਉਹਨੂੰ ਜਿਹੜੀ ਵੀ ਮਨੋਤ ਦੱਸਨੀ ਦੱਸਦੇ ਆ ਗੁਰੂ ਦੇ ਨਾਂ ਤੇ ਪਾ ਕੇ ਦੱਸਦੇ ਆ ਹਾਂਜੀ ਜਿੰਨੀਆਂ ਮਰਿਆਦਾਵਾਂ ਬਣੀਆਂ ਆਪਾਂ ਉੱਥੇ ਗੱਲ ਆਪਣੀ ਪਹੁੰਚ ਗਈ ਸੀਗੀ ਹਾਂਜੀ ਸਾਰੀਆਂ ਮਰਿਆਦਾਵਾਂ ਜੇ ਤੁਸੀਂ ਦੇਖੋਗੇ ਇਦਾਂ ਤੇ ਤੁਸੀਂ ਇਹੋ ਮਰਿਆਦਾਵਾਂ ਲਿਖ ਲਓ ਆਪਣੀਆਂ ਇੱਕ ਇੱਕ ਕਰਕੇ ਸ਼ੁਰੂ ਤੋਂ ਸ਼ੁਰੂ ਜੇ ਆਪਾਂ ਇਹਦਾ ਕਰ ਲਈਏ ਇਦਾਂ ਆਪਣੇ ਆਪ ਦੇ ਵਿੱਚ ਸਿੱਖ ਜਦੋਂ ਹੁੰਦਾ ਬੰਦਾ ਕੇਸ ਰੱਖਦਾ ਇੱਕ ਸਾਡੇ ਵਿੱਚ ਇੱਕ ਮਰਿਆਦਾ ਹੈ ਕੇਸ ਰੱਖਣ ਦੀ ਫਿਰ ਸਾਡੇ ਵਿੱਚ ਹੈਗਾ ਅਮਰਤ ਛਕਣਾ ਪੰਜ ਕਕਾਰ ਪੋਣੇ ਇਦਾਂ ਮਤਲਬ ਪੰਜ ਕਕਾਰ ਅਸੀਂ ਪਾ ਕੇ ਫਿਰ ਅਸੀਂ ਕਹਿੰਦੇ ਹੁਣ ਜਿਹੜਾ ਬੰਦਾ ਹੈਗਾ ਮੈਂ ਸਿੱਖ ਬਣ ਗਿਆ ਜਾਂ ਧਾਰਮਿਕ ਹੋ ਗਿਆ ਇਦਾਂ ਉਹ ਮਰਿਆਦਾ ਇੱਕ ਸਾਡੇ ਵਿੱਚ ਹੈਗੀ ਹੈ ਫਿਰ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਉਹਦੀ ਪ੍ਰਕਰਮਾ ਕਰਨੀ ਲੰਗਰ ਲਾਉਣੇ ਜਿਹੜਾ ਤੇ ਲੰਗਰ ਛਕੋਣੇ ਸ਼੍ਰੀ ਲੰਕਰ ਸ਼ਕਨਾਂ ਜਿਹੜਾ ਹੈਗਾ ਹਾਂਜੀ ਬਾਕੀ ਤੁਸੀਂ ਚੱਲਦੇ ਚੱਲਦੇ ਜਾਉਂਗੇ ਤਾਂ ਬਹੁਤ ਸਾਰੀਆਂ ਨਿਕਲੇ ਆਉਣਗੀਆਂ ਯਾਰ ਵਾਏ ਗੁਰੂ ਨਾਮ ਦਾ ਸਿਮਰਨ ਕਰਨਾ ਏਦਾਂ ਹਾਂਜੀ ਗੁਰਬਾਣੀ ਨੂੰ ਨਿਤਨੇਮ ਦੇ ਵਿੱਚ ਪੜ੍ਹਨਾ ਹੈ ਹਾਂਜੀ ਸਵੇਰੇ ਸਵੇਰੇ ਕਿਸੇ ਪਾਰਟੀਕੂਲਰ ਬਾਣੀਆਂ ਨੂੰ ਇਹਦਾ ਲਿਖੀਆਂ ਹੋਣੀਆਂ ਸਾਡੇ ਕੋਲੇ ਤਾਂ ਅਸੀਂ ਉਹਨਾਂ ਬਾਣੀਆਂ ਨੂੰ ਹੀ ਪੜ੍ਹਨਾ ਸਵੇਰੇ ਸ਼ਾਮੇ ਦਾ ਸਾਰਾ ਲਿਖ ਲਓ ਤੁਸੀਂ ਏਦਾਂ ਤਾਂ ਫਿਰ ਤੁਸੀਂ ਜਿਹੜਾ ਨਾ ਇੱਕ ਜਿਹੜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਥੋੜਾ ਜਿਹਾ ਡੀਪਲੀ ਪੜ੍ਹਿਆ ਏਦਾਂ ਫਿਰ ਦੇਖਿਓ ਵੀ ਜਿਹੜਾ ਨਜ਼ਰੀਆ ਉੱਥੋਂ ਬਣ ਕੇ ਆ ਰਿਹਾ ਇਹ ਜਿਹੜਾ ਆਪਾਂ ਸ਼ੁਰੂ-ਸ਼ੁਰੂ ਕੀਤੀ ਸੀਗੀ ਜਿਹੜਾ ਮੈਥ ਹੈ ਮੈਥ ਨੇ ਜਿਹੜਾ ਤੁਹਾਨੂੰ ਰਕਮਾਂ ਨੂੰ ਦੇਖਣ ਦਾ ਇੱਕ ਨਜ਼ਰੀਆ ਦਿੱਤਾ ਉਹਨਾਂ ਨੂੰ ਸਮਝਣ ਦੇ ਫਾਰਮੂਲੇ ਦਿੱਤੇ ਤੁਹਾਨੂੰ ਹਾਂਜੀ ਰਕਮਾਂ ਬਦਲ ਰਹੀਆਂ ਐ ਇਦਾਂ ਪਰ ਤੁਸੀਂ ਆਨਸਰ ਠੀਕ ਕੱਢ ਰਹੇ ਹੋ ਉੱਥੇ ਕੀ ਵਾਕਈ ਜਿਹੜਾ ਫਾਰਮੂਲੇ ਜਿਹੜਾ ਗਿਆਨ ਜਿਹੜਾ ਨਜ਼ਰੀਆ ਸਾਨੂੰ ਬਾਣੀ ਪੜ੍ਹ ਕੇ ਆਇਆ ਐ ਇਦਾਂ ਤੇ ਜਿਹੜੀ ਜ਼ਿੰਦਗੀ ਦੇ ਉੱਤੇ ਅਸੀਂ ਲਟਕਾ ਰਹੇ ਹਾਂ ਇਦਾਂ ਕੀ ਆਨਸਰ ਠੀਕ ਨਿਕਲਦਾ ਐ ਇਦਾਂ ਜੋ ਤੁਸੀਂ ਦੇਖੋਗੇ ਤੁਹਾਨੂੰ ਝੱਟ ਪਤਾ ਲੱਗ ਜਾਣਾ ਹੈ ਹਾਂਜੀ ਕੇਸ ਰੱਖਣ ਦੀ ਗੱਲ ਜਦੋਂ ਤੁਸੀਂ ਕਹੋਗੇ ਇਦਾਂ ਵੀ ਸਿੱਖਾਂ ਅੱਜ ਸਿੱਖਾਂ ਦੇ ਵਿੱਚ ਕੇਸਾਂ ਦੀ ਬਹੁਤ ਮਹਾਨਤਾ ਹੈ ਇਦਾਂ ਹਾਂਜੀ ਜਿੰਨੀ ਮੈਂ ਕਹਿੰਦਾ ਕਹਿ ਲੋ ਉਨੀ ਘੱਟ ਇਦਾਂ ਇੰਨੀ ਇੰਨਾ ਪ੍ਰਚਾਰ ਹੈ ਸਾਡੇ ਵਿੱਚ ਜਿੰਨਾ ਪ੍ਰਚਾਰ ਹੈ ਸਾਡੇ ਵਿੱਚ ਕੇਸ ਰੱਖਣ ਤੇ ਅਮਰ ਛਕਣ ਦੇ ਉੱਤੇ ਹੀ ਹੈ ਬਿਲਕੁਲ ਜਿੰਨਾ ਤੁਸੀਂ ਬਾਬਿਆਂ ਦਾ ਸੰਪਰਦਾਇਆਂ ਦਾ ਪ੍ਰਚਾਰ ਸੁਣੋਗੇ ਇਦਾਂ ਹਾਂਜੀ ਉਸ ਕਨਕਲੂਜਨ ਉਹਦਾ ਇਹ ਨਿਕਲਦਾ ਵੀ ਸਾਹ ਸੰਗਰਜੀ ਸਾਰੀ ਕਥਾ ਸੁਣਾ ਕੇ ਕਨਕਲੂਜਨ ਇਹ ਨਿਕਲਦਾ ਵੀ ਕੇਸ ਰੱਖੋ ਤੇ ਅਮਰਸ਼ਕੋ ਮੁੰਨਿਆਂ ਨੂੰ ਕੇਸ ਰੱਖੋ ਤੇ ਕੇਸ ਰੱਖੇ ਵਾਲਿਆਂ ਨੂੰ ਅਮਰਸ਼ਕ ਹੋਵੇ ਇਦਾਂ ਹਾਂਜੀ ਹੁਣ ਜੇ ਤੁਸੀਂ ਇਹਨੂੰ ਦੇਖੋਗੇ ਲੈ ਜਾ ਕੇ ਗੁਰੂ ਬਾਣੀ ਨੂੰ ਗੁਰਬਾਣੀ ਨੂੰ ਪੜ੍ਹ ਕੇ ਦੇਖੋਗੇ ਤੁਸੀਂ ਇਦਾਂ ਹਾਂਜੀ ਵੀ ਕੀ ਇਦਾਂ ਕੋਈ ਬੰਦਾ ਧਾਰਮਿਕ ਹੋ ਸਕਦਾ ਇਦਾਂ ਜੋ ਤਾਂ ਤੁਸੀਂ ਉਹਨਾਂ ਨੂੰ ਜਿਦਾਂ ਨਾ ਫਾਰਮੂਲਾ ਆਪਾਂ ਮੈਥ ਦੀ ਗੱਲ ਕੀਤੀ ਆ ਹਾਂਜੀ ਵੀ ਉਹਨਾਂ ਨੇ 12 ਤੇ 13 ਜੋੜਨੇ ਸਿਖਾਏ ਆ ਰਕਮਾਂ ਬਦਲ ਗਈਆਂ ਇਦਾਂ ਪਰ ਫਾਰਮੂਲਾ ਉਹੀ ਰੱਖੂਗਾ ਯਾ ਜਦੋਂ ਨਾ ਗੁਰਬਾਣੀ ਜਿਹੜੀਆਂ ਉਸ ਟਾਈਮ ਦੇ ਉੱਤੇ ਚੱਲ ਰਹੇ ਧਰਮ ਸੀਗੇ Hindu ਸੀ Musliman ਸੀਗੇ ईसाई ਹੈ ਨਹੀਂ ਸੀ ਇੰਡੀਆ ਦੇ ਵਿੱਚ ਦੋ ਵੱਡੇ ਧਰਮ ਸੀਗੇ ਇਦਾਂ ਹਾਂਜੀ ਉਹਨਾਂ ਦੇ ਧਾਰਮਿਕ ਹੋਣ ਦੇ ਜਿਹੜੇ ਤਰੀਕੇ ਸੀਗੇ ਹਾਂਜੀ ਜਨੇਊ ਧਾਰਨ ਕਰਨਾ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਸੁਨਨਤ ਕਰਉਣੀ ਦੋਨਾਂ ਤਰੀਕਿਆਂ ਦੇ ਉੱਤੇ ਜਿਹੜਾ ਗੁਰੂ ਸਾਹਿਬ ਦਾ ਨਜ਼ਰੀਆ ਜਿਹੜਾ ਉਹਨੂੰ ਜਦੋਂ ਪੜਦੇ ਆ ਤੁਸੀਂ ਤਾਂ ਤੁਹਾਨੂੰ ਸਾਫ਼ ਪਤਾ ਲੱਗ ਜਾਂਦਾ ਉਹ ਕਹਿੰਦੇ ਵੀ ਨਹੀਂ ਜਨੇਊ ਪਾਉਣ ਦੇ ਨਾਲ ਬੰਦਾ ਧਾਰਮਿਕ ਕਿੱਦਾਂ ਹੋ ਸਕਦਾ ਜੇ ਤੁਸੀਂ ਕਹਿੰਦੇ ਹੋ ਜਨੇਊ ਪਾਉਣ ਦੇ ਨਾਲ ਹੀ ਧਾਰਮਿਕ ਹੋਣਾ ਹੁੰਦਾ ਬੰਦਾ ਤਾਂ ਮੇਰੀ ਮਾਂ ਧਾਰਮਿਕ ਕਿੱਦਾਂ ਹੋਊਗੀ ਮੇਰੀ ਭੈਣ ਧਾਰਮਿਕ ਕਿੱਦਾਂ ਹੋਊਗੀ ਕਿਉਂਕਿ ਉਹਨਾਂ ਨੂੰ ਪਤਾ ਸੀ ਨਾ ਜਨਾਨੀ ਤੇ ਪਾਉਂਦੇ ਨਹੀਂਗੇ ਜਦੋਂ ਸੁਨਤ ਕਰਨ ਦੇ ਨਾਲ ਮੁਸਲਮਾਨਾਂ ਦੇ ਵਿੱਚ ਵਿਚਾਰ ਹੈ ਵੀ ਓਹੋ ਧਾਰਮਿਕ ਹੋ ਜਾਂਦਾ ਉਹ ਹਾਂਜੀ ਤਾਂ ਉਹਦੇ ਵਿੱਚ ਮਤਲਬ ਭਗਤ ਕਬੀਰ ਜੀ ਦਾ ਮੈਨੂੰ ਲੱਗਦਾ ਸ਼ਬਦ ਹੈ ਜਿਹਦੇ ਵਿੱਚ ਆਉਂਦਾ ਵੀ ਸੁਨਤ ਕੀਏ ਤੁਰਕ ਜੋ ਹੋਏਗਾ ਔਰਤ ਕਾ ਕਿਆ ਕਰੀਏ ਹਾਂਜੀ ਵੀ ਜੇ ਸੁਨਤ ਕਰੇ ਤੋਂ ਬੰਦਾ ਮੁਸਲਮਾਨ ਬਣਦਾ ਹੈ ਔਰਤ ਦੇ ਤਾਂ ਸੁਨਤ ਹੋ ਨਹੀਂ ਸਕਦੀਗੀ ਤਾਂ ਫਿਰ ਔਰਤ ਮਤਲਬ ਕਦੇ ਵੀ ਜਿਹੜੀ ਪੱਕੀ ਮੁਸਲਮਾਨ ਹੋਈ ਨਹੀਂ ਸਕਦੀ ਇਦਾਂ ਹਾਂਜੀ ਜਦੋਂ ਤੁਸੀਂ ਉਹ ਨਜ਼ਰੀਆ ਹੈ ਨਾ ਇਹ ਹੈਗਾ ਰਕਮਾਂ ਨੂੰ ਸਮਝਣ ਦਾ ਨਜ਼ਰੀਆ ਇੱਕ ਫਾਰਮੂਲਾ ਐ ਇਦਾਂ ਹੁਣ ਜਦੋਂ ਉਹ ਫਾਰਮੂਲਾ ਤੁਸੀਂ ਲੈ ਲਿਆ ਫਾਰਮੂਲੇ ਨੂੰ ਮੱਥਾ ਵੀ ਟੇਕਤਾ ਤੇ ਇਸ ਗੱਲ ਦੇ ਲਈ ਤੁਸੀਂ ਮਤਲਬ ਮਿਊਚੁਅਲੀ ਸਾਰੇ ਜਾਣੇ ਅਸੀਂ ਇੱਥੇ ਜਾ ਕੇ ਸਹਿਮਤ ਹੋ ਗਏ ਆਂ ਇਦਾਂ ਵੀ ਇਹ ਫਾਰਮੂਲੇ ਜਿਹੜੇ ਠੀਕ ਆ ਇਦਾਂ ਹਾਂਜੀ ਹੁਣ ਜਦੋਂ ਸਾਡੇ ਤੇ ਲੱਗਦੇ ਉਹ ਫਾਰਮੂਲੇ ਰਕਮਾਂ ਬਦਲ ਗਈਆਂ ਹੁਣ ਹਾਂਜੀ ਹੁਣ ਰਕਮਾਂ ਬਦਲ ਕੇ ਜਨੇਊ ਦੀ ਜਗ੍ਹਾ ਤੇ ਰਕਮ ਆ ਗਈ ਕਿਰਪਾਨ ਹਾਂ ਸੁਨਤ ਦੀ ਜਗ੍ਹਾ ਦੇ ਉੱਤੇ ਮਤਲਬ ਸਾਡੇ ਸਰੀਰ ਤੇ ਧਾਰਨ ਕੀਤੇ ਜਾ ਰਹੇ ਚਿੰਨ ਲਾ ਲਓ ਸਾਡੇ ਕੇਸ ਲਾ ਲਓ ਤੁਸੀਂ ਜੋ ਮਰਜ਼ੀ ਰੱਖ ਲਓ ਇਦਾਂ ਰਕਮਾਂ ਬਦਲ ਗਈਆਂ ਹਾਂਜੀ ਹੁਣ ਜਿਹੜੇ ਰਕਮਾਂ ਦਾ ਆਨਸਰ ਜਿਹੜਾ ਹੈਗਾ ਨਾ ਉਹ ਇਹੀ ਹੋਣਾ ਚਾਹੀਦਾ ਸੀ ਉਹਨਾਂ ਦੇ ਮੁਤਾਬਕ ਤਾਂ ਵੀ ਜੇ ਸੁਨਤ ਕੀਤੇ ਤਾਂ ਬੰਦਾ ਤੁਰਕ ਨਹੀਂ ਹੋ ਸਕਦਾ ਹਾਂਜੀ ਜਨੇਊ ਪਾਏ ਤਾਂ ਬੰਦਾ Hindu ਨਹੀਂ ਹੋ ਸਕਦਾਗਾ ਤਾਂ ਕੇਸ ਰੱਖ ਕੇ ਪੰਜ ਕਕਾਰ ਪਾਉਣ ਨਾ ਬੰਦਾ ਸਿੱਖ ਕਿਦਾਂ ਹੋ ਜਾਦਾ ਹਾਂ ਯਾਰ ਮਤਲਬ ਇੱਡਾ ਵੱਡਾ ਸਿਧਾਂਤ ਸੀ ਗੁਰੂ ਸਾਹਿਬ ਦਾ ਹਾਂਜੀ ਉਸ ਸਿਧਾਂਤ ਨੂੰ ਸਾਡਾ ਸਾਡੀ ਰੀਜਨਿੰਗ ਗਲਤ ਹੈ ਕੇਸਾਂ ਦੇ ਪ੍ਰਤੀ ਬਿਲਕੁਲ ਸਾਡੀ ਰੀਜ਼ਨਿੰਗ ਗਲਤ ਤਕਕਾਰਾਂ ਦੇ ਪ੍ਰਤੀ ਇਹ ਚੀਜ਼ ਸਾਨੂੰ ਜਿਹੜੀ ਹੈਗੀ ਅਸੀਂ ਅੱਜ ਕਬੂਲ ਲਈਏ ਕੱਲ ਨੂੰ ਕਬੂਲ ਲਈਏ ਸਾਨੂੰ ਜਿਹੜੀ ਹੈਗੀ ਇਹ ਕਬੂਲਣੀ ਪੈਣੀ ਹੈ ਸਾਨੂੰ ਸਮਝਣੀ ਪੈਣੀ ਹੈ ਵੀ ਨਹੀਂ ਅਸੀਂ ਫਾਰਮੂਲਿਆਂ ਦੇ ਨਾਲ ਰਕਮਾਂ ਬਦਲਣ ਦੇ ਨਾਲ ਸਾਡੇ ਤੋਂ ਸਵਾਲਾਂ ਦੇ ਹੱਲ ਨਹੀਂ ਹੋਏਗੇ ਕਿਉਂ ਕਿਉਂਕਿ ਅਸੀਂ ਰਕਮਾਂ ਦੇ ਰੱਟੇ ਲਾ ਲਏ ਸੀਗੇ ਅਸੀਂ ਗਰਵਾਣੀ ਨੂੰ ਇਤਿਹਾਸ ਵਾਂਗੂ ਪੜਿਆ ਮੈਥ ਵਾਂਗੂ ਨਹੀਂ ਪੜਿਆਗਾ